ਯਾਰ ਤੁਹਾਡੇ ਸਾਰਿਆਂ ਦੇ ਮੈਸੇਜ ਮੈਨੂੰ ਇੰਪੋਰਟੈਂਟ ਆ, ਜੇ ਕਿਸੇ ਦਾ ਨਹੀਂ ਰਿਪਲਾਈ ਕਰ ਹੁੰਦਾ ਦਿਲੋਂ ਸੌਰੀ ਆ, ਬਾਕੀ ਲਵ ਯੂ ਆਲ ਟਰੱਕ ਭਰ ਕੇ ਪਹਿਲੇ ਦਿਨ ਵਾਂਗ ਚੁੱਪ ਚੁੱਪੀ ਤੇ ਮਨ ਜਾਣੀ ਕੀ ਫਾਇਦਾ ਪਾਇ ਰੌਲੇ ਦਾ ਚੰਗੇ ਦਿਨ ਗਾਣਾ ਤੁਹਾਨੂੰ ਕਿਵੇਂ ਲੱਗਾ? ਵੀ ਮੈਂ ਛੋਟੇ ਭਰਾ ਕੈਂਬੀ ਦਾ ਰਾਤੀ ਇਹ ਉੱਥੇ ਹੋਟਲ ਚ ਬੈਠੇ ਸੀ, ਗੀਤ ਸੁਣਿਆ ਰੀਅਲੀ ਹਾਂਜੀ ਲਾਈਕ ਜਿੱਦਾਂ ਮੈਂ ਮੈਟਰ ਆਪਣੇ ਲਈ ਸੋਚਿਆ, ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੈਂ ਇਹਦਾ ਛੋਟੇ ਭਰਾ ਦਾ ਰਾਤੀ ਗੀਤ ਸੁਣਿਆ ਤੇ ਜਾਨ ਕੱਢ ਲਈ ਤੇ ਗੀਤਾਂ ਵੀ ਉੱਥੇ ਸੀਗਾ। ਹਾਂਜੀ ਬਹੁਤ ਸੋਹਣਾ, ਤੁਸੀਂ ਵੀ ਬਹੁਤ ਆਨੰਦ ਮਾਨਣਾ ਇਸ ਗੀਤ ਦੇ ਨਾਲ। ਇਹ ਪੰਜਾਬੀਆਂ ਦੀ ਯੁਰਤ ਤੇ ਅਣਖ ਵਾਲੀ ਗੱਲ ਇਹਨੇ ਗੀਤ ਦੇ ਰਾਹੀਂ ਕੀਤੀ ਆ ਤੇ ਬਾਕੀ ਗੁੱਡ ਵਿਸ਼ ਆ ਸਾਡੀਆਂ ਛੋਟੇ ਭਰਾ ਦੇ ਨਾਲ ਤੇ ਗੀਤਾ ਬਿਆਨ ਜੀ ਤੁਸੀਂ ਦੱਸੋ। ਹਾਂਜੀ ਬਹੁਤ ਸੋਹਣਾ ਗਾਣਾ ਜੀ, ਬਹੁਤ ਹੀ ਵਧੀਆ ਗਾਣਾ। ਜਿੱਦਾਂ ਭਾਜੀ ਨੇ ਕਿਹਾ ਕਿ ਅਣਖ ਦੀ ਗੱਲ ਵੀ ਕੀਤੀ ਹੈ ਕਿ ਅਸੀਂ ਜੇ ਕੁਛ ਚਾਹੀਏ, ਜਿੱਦਾਂ ਬਹੁਤ ਵਧੀਆ ਪੰਜਾਬੀਆਂ ਦੀ ਅਣਖ ਦੀ ਗੱਲ ਕੀਤੀ ਹੈ, ਬਹੁਤ ਸੋਹਣਾ ਗੀਤ ਹੈ। ਜਦੋਂ ਤੁਸੀਂ ਆਓਗੇ ਤੁਸੀਂ ਇਸ ਗੱਲ ਦਾ ਤੁਹਾਨੂੰ ਮਾਣ ਹੋਊਗਾ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਹੁਤ ਸੋਹਣਾ ਗੀਤ। ਥੈਂਕ ਯੂ ਵੈਰੀ ਮਚ, ਗੁੱਡ ਲੱਕ ਕੈਂਬੀ। ਥੈਂਕ ਯੂ।